ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਗਗਨਦੀਪ ਹੈ ਅਤੇ ਮੈਂ ਓਮ ਗਲੋਬਲ ਜਲੰਧਰ ਤੋਂ ਹਾਂ। ਅਤੇ ਅੱਜ ਆਪਾਂ ਇੱਕ ਆਪਣੇ ਕਲਾਇੰਟ ਦੀ ਸਕਸੈਸ ਸਟੋਰੀ ਨੂੰ ਲੈ ਕੇ ਕਰਤਾਰ ਨਗਰ ਜਲੰਧਰ ਵਿਜ਼ਿਟ ਕੀਤਾ ਹੈ, ਜਿਨ੍ਹਾਂ ਦਾ UK ਦਾ ਵੀਜ਼ਾ ਆਇਆ ਹੈ, ਲੇਕਿਨ ਹਾਲੀ ਵੀ ਕਲਾਇੰਟ ਨੂੰ ਇਸ ਬਾਰੇ ਪਤਾ ਨਹੀਂ ਹੈ। ਅਤੇ ਆਪਾਂ ਉਹਨਾਂ ਦੇ ਉਹ ਰਿਐਕਸ਼ਨਸ ਦੇਖਣ ਆਏ ਨੇ ਕਿ ਉਹਨਾਂ ਨੂੰ ਇਸ ਚੀਜ਼ ਨੂੰ ਦੇਖ ਕੇ ਕਿੱਦਾਂ ਦਾ ਲੱਗਦਾ ਹੈ। ਅਤੇ ਆਓ ਚੱਲੀਏ ਉਹਨਾਂ ਦਾ ਦੇਖੀਏ ਕਿ ਉਹਨਾਂ ਦੇ ਰਿਐਕਸ਼ਨਸ ਕੀ ਹੁੰਦੇ ਨੇ, ਕਿਉਂਕਿ ਮੈਨੂੰ ਯਾਦ ਹੈ ਮੈਂ ਉਹਨਾਂ ਦੇ ਘਰ ਆਇਆ ਸੀ ਲੋਕਡਾਊਨ ਵਿੱਚ ਉਹਨਾਂ ਦੇ UK ਦੀ ਕੌਂਸਲਿੰਗ ਕਰਨ। ਅਤੇ ਅੱਜ ਮੈਂ ਉਹਨਾਂ ਦਾ ਵੀਜ਼ਾ ਲੈ ਕੇ ਇੱਥੇ ਆਇਆ, ਜਿਹੜਾ ਹਾਲੀ ਉਹਨਾਂ ਦੇ ਰਿਐਕਸ਼ਨਸ ਆਪਾਂ ਕੈਪਚਰ ਕਰਨੇ ਨੇ। ਸੋ ਲੈਟਸ ਗੋ ਐਂਡ ਲੈਟਸ ਸੀ ਹਾਊ ਦੇ ਫੀਲ ਇਟ। ਚਲੋ ਆਓ ਦੇਖਦੇ ਹਾਂ ਉਹਨਾਂ ਦੇ ਰਿਐਕਸ਼ਨਸ ਕੀ ਹੁੰਦੇ ਨੇ, ਲੈਟਸ ਗੋ। ਬੈਲ ਵਜਾਉਂਦੇ ਹਾਂ ਅਤੇ ਦੇਖਦੇ ਹਾਂ ਕੀ ਉਹਨਾਂ ਦੇ ਆਉਂਦੇ ਨੇ ਰਿਐਕਸ਼ਨਸ। ਮੈਂ ਵੀ ਬਹੁਤ ਨਰਵਸ ਹਾਂ ਉਹਨਾਂ ਨੂੰ ਦੇਖਣ ਨੂੰ, ਔਰ ਲੱਗਦਾ ਬੈਲ ਵੱਜਦੀ ਨਹੀਂ ਪਈ। ਸਾਹਿਲ, ਮੈਂ ਓਮ ਗਲੋਬਲ ਜਲੰਧਰ ਤੋਂ ਆਇਆ, ਆਓ ਲੈਟਸ ਸੀ ਕੈਪਚਰ। ਸਾਹਿਲ ਅੰਕਲ ਆਇਆ ਓਮ ਗਲੋਬਲ ਤੋਂ, ਕੀ ਹਾਲ ਹੈ ਸਾਹਿਲ? ਆਜੋ 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 ਸਾਹਿਲ। ਹੋਰ ਸਾਹਿਲ ਕਿੱਦਾਂ ਯਾਰ, ਕੀ ਕਰਦਾ ਸੀ? ਬਸ ਠੀਕ ਦੇਖ ਰਿਹਾ ਸੀ। ਬਸ ਇਹੀ ਹੋ ਦੇਖਦਾ ਰਿਹਾ ਹੈ। ਹੋਰ ਕਿੱਦਾਂ ਦਾ ਲੱਗ ਰਿਹਾ? ਬਸ ਠੀਕ ਹੈ, ਇੱਕਦਮ ਘਰੇ। ਕੀ ਲੱਗਦਾ ਕਿਉਂ ਆਏ ਆਪਾਂ ਇੱਥੇ? ਕਿਹੜੀ ਕੰਟਰੀ ਦਾ ਅਪਲਾਈ ਕੀਤਾ ਸੀ ਸਾਹਿਲ ਆਪਾਂ ਵੀਜ਼ਾ? ਇਹਨਾਂ ਨੇ UK ਦਾ ਵੀਜ਼ਾ ਅਪਲਾਈ ਕੀਤਾ ਸੀ। ਕਿੰਨੇ ਦਿਨ ਹੋ ਗਏ ਸਾਹਿਲ? ਤੇ ਅੱਜ ਤੈਨੂੰ ਕੀ ਲੱਗਦਾ ਕਿ ਅੱਜ ਓਮ ਗਲੋਬਲ ਇੱਥੇ ਕੀ ਕਰਨ ਆਇਆ? ਮੇ ਬੀ ਕੋਈ ਇਨਫੋਰਮੇਸ਼ਨ ਲੈਣ ਆਏ। ਇਨਫੋਰਮੇਸ਼ਨ ਲੈਣ? ਜਿੱਦਾਂ ਮੈਂ ਪਹਿਲੇ ਆਇਆ ਸੀ ਤੇਰੀ ਇੱਥੇ ਕਾਉਂਸਲਿੰਗ ਕਰਨ, ਲੱਗਦਾ ਤਾਂ ਇੱਦਾਂ ਹੀ ਹੈ। ਓਕੇ, ਵੈਲ ਸਾਹਿਲ ਕੰਗ੍ਰੈਚੁਲੇਸ਼ਨਸ, ਤੈਨੂੰ ਤੇਰਾ UK ਦਾ ਸੁਪਨਾ ਪੂਰਾ ਕਰਨ ਵਾਸਤੇ ਅਸੀਂ ਨੇ ਵੀਜ਼ਾ ਗ੍ਰਾਂਟ ਕਰਤਾ ਤੇ ਇਹ ਬੱਚੇ ਦਾ ਸੁਪਨਾ ਆ ਚੁੱਕਾ। ਸੋ ਸਾਹਿਲ ਕਿੱਦਾਂ ਲੱਗ ਰਿਹਾ ਹੁਣ ਤੈਨੂੰ? ਮੈਨੂੰ ਯਕੀਨ ਨਹੀਂ ਹੋ ਰਿਹਾ ਮੇਰਾ ਵੀਜ਼ਾ ਆ ਵੀ ਗਿਆ ਵਾ। ਇਹਨਾਂ ਨੂੰ ਯਕੀਨ ਨਹੀਂ ਹੋ ਰਿਹਾ। ਸੋ ਸੀ ਗਾਈਸ, ਅਯੋ ਇੱਕ ਟਾਈਮ ਹੈ ਜੇ ਅਗਰ ਆਪਾਂ ਆਪਣੀ ਸਟੱਡੀ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਾਂ UK ਜਾ ਕੇ, ਅਤੇ ਆਪਾਂ ਸਾਰੇ ਅਪਲਾਈ ਕਰੀਏ UK ਦਾ ਐਸ ਸੂਨ ਐਸ ਜਿੰਨੇ ਜਲਦੀ ਤੋਂ ਜਲਦੀ ਆਪਾਂ ਕਰ ਸਕਦੇ ਹਾਂ, ਕਿਉਂਕਿ ਇਸ ਵੇਲੇ ਜਿਹੜਾ ਪ੍ਰੋਸੈਸਿੰਗ ਟਾਈਮ ਜਾ ਰਿਹਾ ਐਮਬੈਸੀ 'ਚ, ਉਹ ਵੱਧ ਤੋਂ ਵੱਧ 10 ਤੋਂ 15 ਦਿਨ ਲੈ ਰਿਹਾ, ਜਿੱਦਾਂ ਸਾਹਿਲ ਨੇ ਵੀ ਤੁਹਾਨੂੰ ਹੁਣੇ ਖੁਦ ਦੱਸਿਆ। ਅਤੇ ਸਾਹਿਲ ਤੈਨੂੰ ਓਮ ਗਲੋਬਲ ਦੀ ਸਰਵਿਸਿਜ਼ ਕਿੱਦਾਂ ਦੀ ਲੱਗੀਆਂ? ਇੰਨੀ ਫਾਸਟ ਸਰਵਿਸ ਮੈਨੂੰ ਨਹੀਂ ਲੱਗਦਾ ਕਿਸੇ ਹੋਰ ਏਜੰਟ ਦੀ ਹੋਣੀ ਹੈ। ਸਾਹਿਲ ਥੋੜਾ ਤੂੰ ਆਪਣੀ ਪ੍ਰੋਫਾਈਲ ਦੇ ਬਾਰੇ ਵੀ ਦੱਸੇਗਾ? ਜਿਵੇਂ ਮੈਂ ਸਰ 12th ਕੀਤੀ ਸੀਗੀ ਤੇ ਮੇਰੇ 2 double 5.5 ਸੀਗੇ, ਪਰ ਇੰਨੀ ਫਾਸਟ ਪ੍ਰੋਸੈਸਿੰਗ ਬਹੁਤ ਵਧੀਆ ਲੱਗਿਆ, ਯਕੀਨ ਹੀ ਨਹੀਂ ਹੋ ਰਿਹਾ ਅੱਜ ਮੇਰਾ ਵੀਜ਼ਾ ਆਇਆ ਹੋਇਆ ਵਾ। ਇਹਨਾਂ ਨੂੰ ਯਕੀਨ ਨਹੀਂ ਹੋ ਰਿਹਾ। ਸਾਹਿਲ ਤੂੰ ਪਹਿਲੇ ਕਿਹੜੀ ਕੰਟਰੀ ਵਾਸਤੇ ਕਰਨਾ ਚਾਹੁੰਦਾ ਸੀ ਅਪਲਾਈ? ਮੈਂ ਆਸਟ੍ਰੇਲੀਆ ਕਰਨਾ ਚਾਹੁੰਦਾ ਸੀਗਾ, ਫਿਰ ਕੀਤਾ ਕਿਉਂ ਨਹੀਂ? ਬਟ ਉੱਥੇ ਲੋਕਡਾਊਨ ਲੱਗਾ ਹੋਇਆ ਵਾ। ਓਕੇ, ਸੋ ਦੈਟਸ ਵਾਈ ਫਿਰ ਮੈਂ ਤਾਂ ਚਲੋ UK ਜਾਂਦੇ ਹਾਂ, UK ਵੀ ਕਾਫੀ ਵਧੀਆ ਕੰਟਰੀ ਹੈ, ਨਾਲੇ ਉੱਥੇ ਸਟੱਡੀ ਕਾਫੀ ਵਧੀਆ ਹੈਗੀ ਹੈ, ਕਾਫੀ ਹਾਇਰ ਲੈਵਲ ਦੀ ਹੈ। ਸੋ ਫਿਰ ਮੈਂ UK ਅਪਲਾਈ ਕੀਤਾ ਤੇ ਮੈਨੂੰ ਮੇਰੇ ਫਰੈਂਡ ਨੇ ਕੰਸਲਟ ਕੀਤਾ ਕਿ ਓਮ ਗਲੋਬਲ ਜਾਵਾਂ। ਓਕੇ, ਤੇ ਸਾਹਿਲ ਤੂੰ ਜਿਹੜਾ ਆਪਣਾ UK ਦਾ ਵੀਜ਼ਾ ਅਪਲਾਈ ਕੀਤਾ ਉਹਦੇ ਬਾਰੇ ਤੂੰ ਓਮ ਗਲੋਬਲ ਨੂੰ ਪਹਿਲੇ ਕੋਈ ਪੈਸੇ ਦਿੱਤੇ ਜਾਂ ਕੀ ਉਹਨਾਂ ਦੇ ਕੀ ਚਾਰਜਸ ਸੀ, ਕਿੱਦਾਂ ਰਿਹਾ? ਮੈਨੂੰ ਉਹਨਾਂ ਦੀ ਇੱਕੋ ਹੀ ਗੱਲ ਵਧੀਆ ਲੱਗੀ, ਮੇਰੇ ਤੋਂ ਕੁਛ ਵੀ ਨਹੀਂ ਲਿਆ ਇਹਨਾਂ ਨੇ ਜਦੋਂ ਤੱਕ ਮੇਰਾ ਵੀਜ਼ਾ, ਇਹਨਾਂ ਨੇ ਪਹਿਲੀ ਕਿਹਾ ਸੀਗਾ ਆਫਟਰ ਵੀਜ਼ਾ ਹੋਣ ਤੋਂ ਬਾਅਦ ਹੀ ਸਾਰਾ ਕੁਛ ਆਊਗਾ। ਤੇ ਯਾਨੀ ਕਿ ਤੂੰ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਕੋਈ ਪੈਸੇ ਤੇਰੇ ਤੋਂ ਨਹੀਂ ਲਏ ਤੇ ਸਟਾਰਟਿੰਗ ਵਿੱਚ ਕੋਈ ਪੈਸੇ ਨਹੀਂ ਦਿੱਤੇ? ਤੁਸੀਂ ਕੁਛ ਵੀ ਨਹੀਂ ਦਿੱਤਾ ਇਹਨਾਂ ਨੇ ਮੇਰੇ ਕੋਲ। ਓਕੇ, ਤੇ ਤੂੰ ਆਪਣੇ ਹੋਰ ਦੂਸਰੇ ਕਲੀਗਸ ਨੂੰ ਸਾਡੇ ਜਾਂ ਕਿਸੇ ਕਲਾਇੰਟਸ ਨੂੰ ਹੋਰ ਕੀ ਮੈਸੇਜ ਦੇਣਾ ਚਾਹੇਗਾ? ਮੈਂ ਸਭ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੂੰਗਾ, ਇਹਨਾਂ ਦੀ ਸਰਵਿਸ ਬਹੁਤ ਜ਼ਿਆਦਾ ਵਧੀਆ ਵਾ, ਅਤੇ ਅੱਜ ਇੰਨੀ ਛੇਤੀ ਪ੍ਰੋਸੈਸਿੰਗ ਵਿੱਚ ਮੇਰਾ ਵੀਜ਼ਾ ਮੈਨੂੰ ਦੇ ਦਿੱਤਾ ਵਾ। ਅਤੇ ਐਂਡ ਦ ਲਾਸਟ ਥਿੰਗ, ਇਹਨਾਂ ਦੇ ਜਿਹੜੇ ਕੰਸਲਟੈਂਟਸ ਹੈਗੇ, ਏਜੰਟਸ ਹੈਗੇ ਆ, ਉਹਨਾਂ ਦਾ ਬਿਹੇਵੀਅਰ ਕਾਫੀ ਜ਼ਿਆਦਾ ਮੋਟੀਵੇਸ਼ਨ ਦਿੰਦੇ ਆ ਕਿ ਹਾਂ ਵੀ ਅਸੀਂ ਤੁਹਾਡਾ ਵੀਜ਼ਾ ਦਵਾਵਾਂਗੇ। ਉਹਨਾਂ ਦੀ ਵੇ ਆਫ ਟਾਕ 'ਚ ਵੀ ਬਹੁਤ ਜ਼ਿਆਦਾ ਕੌਨਫੀਡੈਂਸ ਹੁੰਦਾ ਵਾ ਕਿ ਅਸੀਂ ਤੁਹਾਨੂੰ ਦੇਵਾਂਗੇ ਅਸੀਂ ਤੁਹਾਨੂੰ ਵੀਜ਼ਾ। ਅੱਜ ਮੈਨੂੰ ਮੇਰਾ ਵੀਜ਼ਾ ਮਿਲ ਗਿਆ ਵਾ ਆਫਟਰ 15 ਡੇਜ਼। ਸਾਹਿਲ ਦੇ ਫਾਦਰ ਸਾਹਿਬ ਵੀ ਨਾਲ ਬੈਠੇ ਨੇ, ਆਈਏ ਉਹਨਾਂ ਦੇ ਨਾਲ ਵੀ ਕੁਛ ਪੁੱਛਣੇ, ਉਹਨਾਂ ਨੂੰ ਓਮ ਗਲੋਬਲ ਦੀ ਸਰਵਿਸ ਕਿੱਦਾਂ ਦੀ ਲੱਗੀ? ਹਾਂਜੀ ਸਰ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਸਾਡੇ ਬੱਚੇ ਦਾ ਵੀਜ਼ਾ ਆ ਚੁੱਕਿਆ
ਹਾਂਜੀ ਬਹੁਤ ਖੁਸ਼ੀ ਆ ਯਕੀਨ ਨਹੀਂ ਹੋ ਰਿਹਾ ਮੈਂ ਕਿਹਾ ਜੀ ਪੂਰੇ ਡਿਸਟ੍ਰਿਕਟ ਦੇ ਵਿੱਚ ਇੱਦਾਂ ਦੀ ਸਰਵਿਸ ਨਹੀਂ ਮਿਲਣੀ ਜਿੱਦਾਂ ਓਮ ਗਲੋਬਲ ਤੋਂ ਮਿਲੀ ਹੈ ਸਾਨੂੰ ਔਰ ਅਸੀਂ ਚਾਹਾਂਗੇ ਵੀ ਹੋਰ ਵੀ ਜਿਹੜੇ ਯਾਰ ਮਿੱਤਰ ਫਰੈਂਡਸ ਜਿਨ੍ਹਾਂ ਨੇ ਆਇਲਸ ਕੀਤੀ ਆ ਉਹ ਓਮ ਗਲੋਬਲ ਕੋਲ ਜਾ ਕੇ ਮਿਲਣ ਅਤੇ ਆਪਣਾ ਯੂਕੇ ਦਾ ਆਸਟ੍ਰੇਲੀਆ ਦਾ ਕੈਨੇਡਾ ਦਾ ਅਮੈਰੀਕਾ ਦਾ ਹਰ ਕੰਟਰੀ ਦਾ ਵੀਜ਼ਾ ਉੱਥੋਂ ਲਵਾਉਣ ਔਰ ਸਾਡੇ ਗਗਨ ਜੀ ਬਹੁਤ ਹੀ ਪਿਆਰੇ ਸਾਡੇ ਭਰਾ ਨੇ ਔਰ ਜਿਨ੍ਹਾਂ ਨੇ ਇੰਨੀ ਫਾਸਟ ਸਰਵਿਸ ਦਿੱਤੀ ਔਰ ਸਾਡੇ ਕੋਲ ਇੱਕ ਰੁਪਇਆ ਵੀ ਨਹੀਂ ਲਿਆ ਔਰ ਯਕੀਨ ਨਹੀਂ ਹੋ ਰਿਹਾ ਵੀ ਇੰਨੀ ਫਾਸਟ ਕੰਮ ਇੱਥੇ ਹੋ ਰਿਹਾ ਇਹਨਾਂ ਕੋਲੋਂ ਕੋਈ ਨਹੀਂ ਇੱਦਾਂ ਦੀ ਐਮਬੈਸੀ ਦੇਖੀ ਕੋਈ ਇਮੀਗ੍ਰੇਸ਼ਨ ਨਹੀਂ ਦੇਖਿਆ ਜਿਹੜਾ ਕਿ ਓਮ ਗਲੋਬਲ ਕੋਲ ਸਾਨੂੰ ਮਿਲਿਆ ਅਤੇ ਅੱਜ ਇਹਨਾਂ ਨੂੰ ਆਪਾਂ ਸਾਰੀ ਸਰਵਿਸ ਜਿਹੜੀ ਵੀ ਦਿੱਤੀ ਹੈ ਡੋਰ ਸਟੈਪ 'ਤੇ ਦਿੱਤੀ ਹੈ ਮੈਨੂੰ ਯਾਦ ਹੈ ਜਦੋਂ ਮੈਂ ਇਹਨਾਂ ਦੀ ਫਾਈਲ ਇੱਥੋਂ ਲੈ ਕਰ ਗਿਆ ਸੀ ਅਤੇ ਅੱਜ ਇਹਨਾਂ ਦਾ ਵੀਜ਼ਾ ਵੀ ਇਹਨਾਂ ਦੇ ਘਰ ਆ ਕੇ ਦੇ ਕਰ ਜਾ ਰਿਹਾ ਥੈਂਕ ਯੂ ਸੋ ਮਚ ਥੈਂਕ ਯੂ ਸਾਹਿਬ ਥੈਂਕ ਯੂ ਸਰ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ